ਨਮਸਕਾਰ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਆਏ ਹਾਂ AIPL ਡ੍ਰੀਮ ਸਿਟੀ ਲੁਧਿਆਣਾ। ਇਸ ਟਾਊਨਸ਼ਿਪ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਇਹ ਟਾਊਨਸ਼ਿਪ 550 ਏਕੜ ਵਿੱਚ ਫੈਲੀ ਹੋਈ ਹੈ ਔਰ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦੇ ਅੰਦਰ ਅਗਰ ਅਸੀਂ ਗੱਲ ਕਰਦੇ ਹਾਂ ਤਾਂ 7 ਏਕੜ ਦੀ ਆਰਟੀਫਿਸ਼ਲ ਲੇਕ ਹੈ ਔਰ ਇਹ ਜੁਆਇਨਿੰਗ ਇਹਦੇ ਵਿੱਚ 6.5 ਏਕੜ ਦਾ ਗ੍ਰੀਨ ਏਰੀਆ ਹੈ, 20 ਏਕੜ ਦਾ ਕਮਰਸ਼ਲ ਹੈ ਔਰ ਇਸਦੇ ਨਾਲ ਹੀ ਕਰੀਬ 7 ਏਕੜ ਦਾ ਇਹਦੇ ਰਿਲੀਜੀਅਸ ਪੈਲੇਸ ਬਣ ਰਿਹਾ ਹੈ ਜਿਹਦੇ ਵਿੱਚ ਮੰਦਿਰ ਗੁਰਦੁਆਰਾ ਜੈਸੀ ਇੱਥੇ ਸਪੇਸ ਬਣਾਈ ਜਾਏਗੀ ਔਰ ਇਹਦੇ ਵਿੱਚ ਆਪ ਜੀ ਨੂੰ ਮਿਲ ਸਕਦਾ ਹੈ ਰੈਜੀਡੈਂਸ਼ੀਅਲ ਪਲੋਟ 100 ਗਜ ਤੋਂ 2000 ਗਜ ਦੇ ਵਿਚਕਾਰ, SCOs ਔਰ ਇਸਦੇ ਇਲਾਵਾ ਬਿਲਡਰ ਫਲੋਰਸ ਜੋ ਕਿ ਇਨਵੈਸਟਮੈਂਟ ਆਪ ਜੀ ਸ਼ੁਰੂ ਹੁੰਦੀ ਹੈ ਕਰੀਬ 40 ਲੱਖ ਰੁਪਏ ਤੋਂ ਔਰ ਇਹ ਇੱਕ ਬਹੁਤ ਹੀ ਸ਼ਾਨਦਾਰ ਟਾਊਨਸ਼ਿਪ ਹੈ ਜੋ ਮੈਂ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਨ ਜਾ ਰਿਹਾ। ਅਸੀਂ ਖੜ੍ਹੇ ਹਾਂ AIPL ਡ੍ਰੀਮ ਸਿਟੀ ਲੁਧਿਆਣਾ ਦੀ ਟਾਊਨਸ਼ਿਪ ਵਿੱਚ। ਇਹਦੇ ਵਿੱਚ ਮੈਂ ਆਪ ਜੀ ਨੂੰ ਦਿਖਾ ਰਿਹਾ ਕਿ ਇੱਥੇ ਰੈਡੀ ਟੂ ਮੂਵ ਪਲੋਟਸ ਹੈਗੇ ਨੇ, ਕੁਛ ਵਿਲਾ ਵੀ ਹੈਗੇ, SCOs ਵੀ ਹੈਗੇ, ਲੇਕਿਨ ਇਹਦੇ ਵਿੱਚ ਵੱਡੀ ਟਾਊਨਸ਼ਿਪ ਹੋਣ ਕਰਕੇ ਇਹ ਮੈਨੂੰ ਲੱਗਦਾ ਹੈ ਕਿ ਬਹੁਤ ਲੰਬੀ ਵੀਡੀਓ ਹੋ ਜਾਏਗੀ ਜੋ ਸ਼ਾਇਦ ਤੁਸੀਂ ਇੰਜੋਏ ਨਾ ਕਰ ਪਾਓ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਲੰਬੀ ਵੀਡੀਓ ਵਿੱਚ ਆਪ ਜੀ ਨੂੰ ਇੱਕ ਇੱਕ ਚੀਜ਼ ਪੂਰਾ ਦੱਸਾਂ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਔਰ ਇੱਥੇ ਆਪ ਜੀ ਨੂੰ 100 ਗਜ ਤੋਂ 2000 ਗਜ ਤੱਕ ਦੇ ਪਲੋਟ ਮਿਲ ਜਾਂਦੇ ਨੇ। ਪਲੋਟ ਰੇਡੀ ਟੂ ਮੂਵ ਪੋਜੀਸ਼ਨ ਹੀ ਚੰਗੇ ਨੇ, ਸਿੱਧਾ ਪਲੋਟ ਲਿਓ ਅਤੇ ਉੱਥੇ ਆਪਣੀ ਇੱਕ ਸ਼ਾਨਦਾਰ ਕੋਠੀ ਬਣਾਇਓ। ਨਾਲ ਹੀ ਇੱਥੇ ਸੜਕਾਂ ਪੂਰੀ ਤਿਆਰ ਹੈਗੀਆਂ ਨੇ, ਪਲੋਟ ਪੂਰੇ ਤਿਆਰ ਹੈ, ਸੀਵਰ ਲਾਈਨ ਹੈ ਔਰ ਕਿਤੇ ਵੀ ਆਪ ਜੀ ਨੂੰ ਇੱਥੇ ਓਪਨ ਇਲੈਕਟ੍ਰਿਕ ਲਾਈਨ ਨਹੀਂ ਦਿਸ ਰਹੀ ਹੋਏਗੀ। ਇਹ ਇਹਦੀ ਸਿਫਤ ਹੈਗੀ ਹੈ, ਸੀਵਰ ਲਾਈਨ ਵੀ ਪ੍ਰੋਪਰ ਹੈ ਇਹਦੇ ਅੰਦਰ ਔਰ ਕਲੱਬ ਹਾਊਸ ਵੀ ਓਪਰੇਸ਼ਨਲ ਹੈ। ਕਰੀਬ 7 ਏਕੜ ਦੀ ਇਸ ਵਿੱਚ ਲੇਕ ਵੀ ਹੈ, ਆਰਟੀਫਿਸ਼ਲ ਲੇਕ ਬਣੀ ਹੋਈ ਹੈ। ਆਪ ਜੀ ਦੇਖ ਰਹੇ ਹੋ ਕਿ ਇਸਨੂੰ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ, ਫੁੱਲ ਬੂਟੇ ਲਾਏ ਹੋਏ ਨੇ, ਹਰਿਆਵਲੀ ਦਾ ਪੂਰਾ ਅਰੇਂਜਮੈਂਟ ਕੀਤਾ ਗਿਆ ਹੈ ਔਰ ਲੁਧਿਆਣਾ ਸ਼ਹਿਰ ਨਾਲੋਂ ਇਸ ਟਾਊਨਸ਼ਿਪ ਦੇ ਅੰਦਰ ਪੋਲਿਊਸ਼ਨ ਲੈਵਲ ਵੀ ਘੱਟ ਰਹੇਗਾ ਅਤੇ ਲਾਈਫ ਸਟਾਈਲ ਵੀ ਬਹੁਤ ਵਧੀਆ ਹੈ। ਹਾਲਾਂਕਿ ਬਹੁਤ ਵੱਡੀ ਟਾਊਨਸ਼ਿਪ ਹੈ ਔਰ ਇਸ ਨੂੰ ਦਿਖਾਉਣ ਵਾਸਤੇ ਕਰੀਬ 1.5 ਤੋਂ 2 ਘੰਟੇ ਤੱਕ ਦੀ ਵੀਡੀਓ ਬਣ ਜਾਏਗੀ ਅਗਰ ਮੈਂ ਤੁਹਾਨੂੰ ਪੂਰਾ ਦਿਖਾਉਣਾ ਚਾਹਾਂ। ਹਾਲਾਂਕਿ ਇਸ ਪ੍ਰੋਜੈਕਟ ਨੂੰ ਕਵਰ ਕਰਨ ਵਾਸਤੇ ਅਸੀਂ ਫਿਰ ਆਵਾਂਗੇ ਔਰ ਆਪ ਜੀ ਦਾ ਆਸ, ਆਪ ਜੀ ਦਾ ਵਿਸ਼ਵਾਸ ਜੋ ਸਾਡੇ 'ਤੇ ਹੈ, ਜੋ ਕਾਇਮ ਹੈ, ਉਹ ਹੋਰ ਮਜ਼ਬੂਤ ਹੋਏਗਾ। ਇਸ ਕਾਰਨ ਮੈਂ ਮੁੜ ਆ ਕੇ ਇਸ ਪ੍ਰੋਜੈਕਟ ਨੂੰ ਅਗਰ ਸਿੰਗਲ ਵੀਡੀਓ ਲੰਬੀ ਬਣਾਵਾਂ ਤਾਂ ਇਹਦੇ ਵਾਸਤੇ ਪਲੀਜ਼ ਕਮੈਂਟ ਬਾਕਸ ਵਿੱਚ ਆਪ ਜੀ ਕਮੈਂਟ ਜ਼ਰੂਰ ਕਰਿਓ ਕਿ ਆਪ ਜੀ ਇਹਨੂੰ ਸਿੰਗਲ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਸ਼ੋਰਟ ਵਿੱਚ। ਕਦੇ ਵੀ ਤੁਸੀਂ ਕੋਈ ਡੀਲ ਲੈਣ ਜਾਂਦੇ ਹੋ ਤਾਂ ਉਸ ਦੇ ਵਿੱਚ
ਬਿਲਡਰ, ਬ੍ਰੋਕਰ, ਚੈਨਲ ਪਾਰਟਨਰ, ਪ੍ਰੋਪਰਟੀ ਡੀਲਰ ਜਾਂ ਸੋ ਕਾਲਡ ਬਿਲਡਰ ਇੰਪਲੋਈਜ਼ ਕਿਸੇ ਪ੍ਰੋਜੈਕਟ ਦਾ ਵਖਾਣ ਬਹੁਤ ਹੀ ਵਧਾ ਚੜਾ ਕੇ ਕਰਦੇ ਨੇ ਕਿ ਮੰਨੋ ਇਹ ਪ੍ਰੋਜੈਕਟ ਵਿੱਚ ਜੇ ਆਪਣੇ ਡੀਲ ਨਹੀਂ ਲਿੱਤੀ ਤਾਂ ਪਤਾ ਨਹੀਂ ਆਪਦਾ ਕਿੰਨਾ ਬੜਾ ਨੁਕਸਾਨ ਹੋ ਜਾਏਗਾ ਜਾਂ ਆਪ ਜੀ ਇਸ ਦੇ ਵਿੱਚ ਇਨਵੈਸਟ ਨਹੀਂ ਕਰੋਗੇ ਤਾਂ ਪਤਾ ਨਹੀਂ ਅੱਜ ਡੀਲ ਮਿਲੇਗੀ ਕੱਲ੍ਹ ਨਹੀਂ ਮਿਲੇਗੀ। ਲੇਕਿਨ ਡੀਲ ਵੇਚਣਾ ਮੈਟਰ ਨਹੀਂ ਹੁੰਦਾ, ਜੋ ਵੀ ਸੇਲਸ ਪਰਸਨ ਹੈ ਉਹਦਾ ਕੰਮ ਹੈ ਡੀਲ ਵੇਚਣਾ, ਲੇਕਿਨ ਉਹਦੀ ਜ਼ਿੰਮੇਦਾਰੀ ਬਣਦੀ ਹੈ ਕਿ ਆਪਣੇ ਕਸਟਮਰ ਨੂੰ ਆਫਟਰ ਸੇਲ ਸਰਵਿਸ ਦੇਵੇ, ਕਿਉਂਕਿ ਜ਼ਿੰਦਗੀ ਵਿੱਚ ਪੈਸਾ ਸ਼ਾਇਦ ਕੁਛ ਲੋਕਾਂ ਕੋਲ ਇੱਕ ਜਾਂ ਦੋ ਵਾਰ ਆਉਂਦਾ ਹੈ ਪ੍ਰੋਪਰਟੀ ਖਰੀਦਣ ਵਾਸਤੇ, ਲੇਕਿਨ ਉਤਾਰ ਚੜਾਵ ਸ਼ਾਇਦ ਉਹਨਾਂ ਜ਼ਿੰਦਗੀ ਰੋਜ਼ ਆਉਂਦੇ ਨੇ। ਔਰ ਉਹਨਾਂ ਉਤਾਰ ਚੜਾਵ ਨਾਲ ਸਾਹਮਣਾ ਕਰਨ ਵਾਸਤੇ ਹਰ ਕਿਸੇ ਨੂੰ ਲੋੜ ਹੁੰਦੀ ਹੈ ਆਪਣੇ ਰੀਅਲ ਸਟੇਟ ਐਕਸਪਰਟ ਦੀ ਆਫਟਰ ਸੇਲ ਸਰਵਿਸ ਲੈਣ ਦੀ। ਔਰ ਇਹ ਆਫਟਰ ਸੇਲ ਸਰਵਿਸ ਰੀਅਲ ਸਟੇਟ ਦੇ ਅੰਦਰ ਇੱਕ ਸਭ ਤੋਂ ਇੰਪੋਰਟੈਂਟ ਰੋਲ ਪਲੇਅ ਕਰਦੀ ਹੈ, ਜਿਸ ਕਰਕੇ ਮੈਂ ਆਪ ਸਭ ਨੂੰ ਇਹ ਚੇਤਾਵਨੀ ਦੇਣਾ ਕਿ ਆਪ ਬਿਨਾਂ ਕਿਸੇ ਅੱਛੇ ਰੀਅਲ ਸਟੇਟ ਐਕਸਪਰਟ ਦੀ ਗਾਈਡੈਂਸ ਔਰ ਅਸਿਸਟੈਂਸ ਦੇ ਕੋਈ ਵੀ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਨਾ ਖਰੀਦੋ। ਔਰ ਜਦ ਵੀ ਤੁਸੀਂ ਕਿਸੇ ਅੱਛੇ ਰੀਅਲ ਸਟੇਟ ਐਕਸਪਰਟ ਨੂੰ ਹਾਇਰ ਕਰਦੇ ਹੋ ਤਾਂ ਕਿਰਪਾ ਕਰਕੇ ਇਹ ਜ਼ਰੂਰ ਵੇਖ ਲਿਓ ਕਿ ਉਸ ਇਨਸਾਨ ਤੋਂ ਜਾਂ ਉਸ ਸੇਲਸ ਪਰਸਨ ਤੋਂ ਤੁਹਾਨੂੰ ਆਫਟਰ ਸੇਲਸ ਸਰਵਿਸ ਮਿਲੇਗੀ ਜਾਂ ਨਹੀਂ। ਜੇਕਰ ਇਹ ਸਾਰੀ ਚੀਜ਼ਾਂ ਤੁਹਾਡੀ ਪੂਰੀ ਹੋ ਜਾਂਦੀਆਂ ਤਾਂ ਤਾਂ ਹੀ ਉਸ ਰੀਅਲ ਸਟੇਟ ਐਕਸਪਰਟ ਨੂੰ ਹਾਇਰ ਕਰਿਓ। ਜੇਕਰ ਆਪ ਜੀ ਨੂੰ ਸਾਡਾ ਵੀਡੀਓ ਅੱਛਾ ਲੱਗੇ ਤਾਂ ਪਲੀਜ਼ ਆਪ ਜੀ ਇਸ ਨੂੰ ਲਾਈਕ ਕਰਿਓ। ਜੇਕਰ ਆਪ ਜੀ ਪ੍ਰੋਪਰਟੀ ਖਰੀਦਣ ਵਾਸਤੇ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਉਹਨੂੰ ਇੱਕ ਹੈਲਦੀ ਐਡਵਾਈਸ ਮਿਲੇ ਤਾਂ ਪਲੀਜ਼ ਇਹ ਵੀਡੀਓ ਸ਼ੇਅਰ ਕਰਿਓ। ਔਰ ਸਾਨੂੰ ਇੱਦਾਂ ਦੀ ਵੀਡੀਓ ਬਣਾਉਣ ਵਾਸਤੇ ਮੋਟੀਵੇਟ ਕਰਨ ਵਾਸਤੇ ਪਲੀਜ਼ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।